ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਜੀ ਬਣਾਵਾਂਗੇ ਆਪਾਂ ਮਿੱਠੀਆਂ ਸੇਵੀਆਂ ਕਸਟਰਡ ਵਾਲੀਆਂ ਦੇ ਵਿੱਚ ਡਰਾਈ ਫਰੂਟ ਪਾ ਕੇ, ਕਿਉਂਕਿ ਸੇਵੀਆਂ ਆਪਣੇ ਆਮ ਹੀ ਸਾਰੇ ਘਰਾਂ ਦੇ ਵਿੱਚ ਮੇਨ ਡਿਸ਼ ਹੈ। ਜਦੋਂ ਵੀ ਆਪਣੇ ਕੋਈ ਰਿਸ਼ਤੇਦਾਰ ਆਉਂਦਾ ਆਪਾਂ ਸੇਵੀਆਂ ਜਾਂ ਜ਼ਿਆਦਾਤਰ ਕੜਾਹ ਹੀ ਬਣਾਉਂਦੇ ਹਾਂ। ਅਤੇ ਅੱਜ ਆਪਾਂ ਬਣਾਵਾਂਗੇ ਮਿੱਠੀਆਂ ਸੇਵੀਆਂ ਕਸਟਰਡ ਵਾਲਾ ਦੁੱਧ ਹੋਊਗਾ, ਜਿਨ੍ਹਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਨੇ। ਤੁਸੀਂ ਉਹਨਾਂ ਨੂੰ ਠੰਡੀਆਂ ਕਰਕੇ ਖਾਓ ਤਾਂ ਬਹੁਤ ਹੀ ਜ਼ਿਆਦਾ ਸਵਾਦ ਲੱਗਦੀਆਂ ਨੇ। ਅਤੇ ਉਹਨਾਂ ਦਾ ਮਟੀਰੀਅਲ ਆਪਣੇ ਕੋਲ ਤਿਆਰ ਆ। ਆਪਾਂ ਨੇ ਜੀ ਇੱਕ ਕੌਲੀ ਲਈ ਆ ਸੇਵੀਆਂ ਦੇ ਅਤੇ ਇੱਕ ਕੌਲੀ ਲਈ ਆ ਚੀਨੀ ਦੀ, ਅਤੇ ਘੱਟ ਵੱਧ ਆਪਾਂ ਨੇ ਮਿੱਠਾ ਪਾਉਣਾ ਹੋਇਆ ਅਤੇ ਫਿਰ ਦੇਖ ਲਾਂਗੇ ਬਾਅਦ ਵਿੱਚ। ਵੈਸੇ ਸੇਵੀਆਂ ਕਸਟਰਡ ਵਾਲੀਆਂ ਜ਼ਿਆਦਾ ਮਿੱਠੀਆਂ ਵਧੀਆ ਲੱਗਦੀਆਂ ਨੇ, ਜਿੰਨਾ ਜ਼ਿਆਦਾ ਮਿੱਠਾ ਹੋਊਗਾ ਓਨਾ ਹੀ ਜ਼ਿਆਦਾ ਟੇਸਟੀ ਲੱਗਦੀਆਂ ਨੇ ਠੰਡੀਆਂ ਹੋਈਆਂ ਹੋਈਆਂ। ਸੇਵੀਆਂ ਦੇ ਵਿੱਚ ਪਾਉਣ ਲਈ ਆਪਾਂ ਨੇ ਬਦਾਮ ਲਏ ਨੇ, ਕਾਜੂ ਲਏ ਨੇ, ਦਾਖਾਂ ਲਈਆਂ ਨੇ, ਅਤੇ ਥੋੜ੍ਹੇ ਜਿਹੇ ਆਪਾਂ ਨੇ ਚਾਰ ਪੰਜ ਛੁਹਾਰੇ ਉਹਨਾਂ ਦੀ ਕਟਿੰਗ ਕਰਕੇ ਬਰੀਕ ਬਰੀਕ ਲਏ ਨੇ, ਕਿਉਂਕਿ ਖੰਜੂਰਾ ਹੈ ਨਹੀਂ ਸੀ। ਤੁਸੀਂ ਤਾਜ਼ੀਆਂ ਖੰਜੂਰਾਂ ਵੀ ਪਾ ਸਕਦੇ ਹੋ ਇਹਦੇ ਵਿੱਚ। ਤੁਸੀਂ ਕੀ ਕਹਿੰਦੇ ਹੋ, ਛੁਹਾਰੇ? ਹਾਂ, ਛੁਹਾਰੇ ਹੁੰਦੇ ਨੇ। ਮੈਂ ਛੁਹਾਰੇ ਹੀ ਸੁਣਿਆ ਅੱਜ ਤੱਕ। ਛੁਹਾਰੇ ਉਹ ਕਹਿੰਦੇ ਨੇ ਹੁੰਦੇ ਵੀ ਛੁਹਾਰਾ ਲੱਗਣਾ। ਹਾਂਜੀ, ਤੇ ਅਸੀਂ ਤਾਂ ਵੈਸੇ ਕਹਿੰਦੇ ਹੁੰਦੇ ਆ ਵੀ ਮੰਗਣਾ ਕਰਨਾ, ਦੇ ਜਿਵੇਂ ਆ ਮਾਸੀ ਸੀ ਤੇਰੀ, ਹੈ ਨਾ, ਆਪਣਾ ਵੀ ਭਾਸ਼ਾ ਦਾ ਥੋੜਾ ਬਹੁਤਾ ਫਰਕ ਪੈ ਜਾਂਦਾ ਏਰੀਏ ਦਾ, ਤੇ ਉਹ ਕਹਿੰਦੇ ਨੇ ਤੇ ਅੱਜ ਅਸੀਂ ਛੁਹਾਰਾ ਲੈਣ ਆਏ ਨੇ, ਤੇ ਆਹ ਛੁਹਾਰੇ ਫਿਰ ਉਹ ਝੋਲੀ ਵਿੱਚ ਪਾ ਕੇ ਆਉਂਦੇ ਨੇ, ਤੇ ਫਿਰ ਉਹਨੂੰ ਸਾਫ਼ ਤਾਂ ਛੁਹਾਰਾ ਖਿਲਾਉਂਦੇ ਨੇ। ਮੈਂ ਪਹਿਲੀ ਵਾਰੀ ਦੇਖਿਆ ਸੀ, ਆਪਾਂ ਉਦਣ ਤੇਰੇ ਅੰਕਲ ਦੇ ਘਰ ਨਹੀਂ ਸੀਗੇ, ਤੇਰੇ ਡੈਡੀ ਦੇ ਸਾਹਿਬ ਦੇ ਘਰ। ਹਾਂਜੀ, ਤੇ ਜਦੋਂ ਉਹਨਾਂ ਦੇ ਬੇਟੇ ਦਾ ਵੱਡੇ ਦਾ ਮੰਗਣਾ ਹੋਇਆ ਸੀਗਾ, ਤੇ ਦਰਾਹੇ ਮੰਗਿਆ ਸੀ, ਉਹ ਅਸੀਂ ਉਹਦੇ ਮੰਗਣੇ ਤੇ ਗਏ ਸੀਗੇ, ਤੇ ਜਦੋਂ ਉਹਨਾਂ ਨੇ ਛੁਹਾਰਾ ਲਾਇਆ ਉਹਨੂੰ, ਤੇ ਸਾਫ਼ ਤਾਂ ਛੁਹਾਰਾ ਹੀ, ਸਾਲਾ ਹੋਵੇ ਸਹੁਰਾ ਹੋਵੇ, ਤੇ ਸਾਫ਼ ਤਾਂ ਛੁਹਾਰਾ ਹੀ ਖਿਲਾਉਂਦੇ ਨੇ ਬੱਚੇ ਨੂੰ। ਉਹ ਕਿੰਨਾ ਚਿਰ ਖਾਣਾ ਹੀ ਔਖਾ ਹੋ ਜਾਂਦਾ ਨਾ, ਉਹਦੇ ਵਿੱਚ ਹਿੜਕ ਵੀ ਹੁੰਦੀ ਆ ਨਾ ਫਿਰ। ਉਦੋਂ ਮੈਨੂੰ ਪਤਾ ਚੱਲਿਆ ਸੀ ਕਿ 2 ਚਮਚ ਆਪਾਂ ਨੇ ਕਸਟਰਡ ਪਾਊਡਰ ਲਿਆ, ਤੇ ਇਹਨੂੰ ਦੁੱਧ ਦੇ ਵਿੱਚ ਪਹਿਲਾਂ ਹੀ ਘੋਲ ਕੇ ਰੱਖ ਲਿਆ। ਤੇ ਲਓ ਜੀ, ਦੁੱਧ ਮੈਂ ਕਾਫੀ ਦੇਰ ਦਾ ਗਰਮ ਹੋਣਾ ਰੱਖਿਆ ਹੋਇਆ ਸੀ, ਤੁਸੀਂ ਦੇਖ ਸਕਦੇ ਹੋ ਮਲਾਈ ਆ ਗਈ ਦੇ ਉੱਤੇ, ਗਾੜਾ ਹੋ ਰਿਹਾ। ਸੇਵੀਆਂ ਦੇ ਵਿੱਚ ਪਾਉਣ ਨਾਲ ਉਹ ਚੀਨੀ ਆਪਾਂ ਪਹਿਲਾਂ ਹੀ ਦੁੱਧ ਦੇ ਵਿੱਚ ਐਡ ਕਰ ਦਿੰਦੇ ਹਾਂ, ਕਿਉਂਕਿ ਦੁੱਧ ਆਪਣਾ ਬਿਲਕੁਲ ਉਬਲਿਆ ਹੋਇਆ ਤੇ ਵਿੱਚ ਕੁਛ ਆ ਗਿਆ ਚੀਨੀ ਦੇ। ਇਸ ਵਾਰ ਜਿਹੜੀ ਡੈਡੀ ਚੀਨੀ ਲੈ ਕੇ ਆਏ ਸੀਗੇ ਉਹ ਬੋਰੀ ਦੇ ਹੀ ਨੇ ਧਾਗੇ, ਮੈਂ ਹਾਂਜੀ ਉਹ ਬੋਰੀ ਦੇ ਧਾਗੇ ਜੀ ਜ਼ਿਆਦਾ ਸੀ ਆ ਜਾਂਦੇ ਨੇ ਕਈ ਵਾਰੀ ਵਿੱਚ, ਐਸਾ ਤਾਂ ਮੈਂ ਦੇਖ ਕੇ ਪਾਇਆ ਸੀ, ਪਤਾ ਨਹੀਂ ਫਿਰ ਵੀ ਆਏਗਾ। ਤੇ ਹੁਣ ਆਪਾਂ ਇਹਦੇ ਵਿੱਚ ਕਸਟਰਡ ਪਾਊਡਰ ਵੀ ਐਡ ਕਰ ਦਿੰਦੇ ਹਾਂ, ਕਿਉਂਕਿ ਹੌਲੀ ਹੌਲੀ ਦੁੱਧ ਪਿਆ ਗਾੜਾ ਹੋਈ ਜਾਊਗਾ, ਉਨੀ ਦੇਰ ਤੱਕ ਆਪਾਂ ਆਪਣੀਆਂ ਸੇਵੀਆਂ ਭੁੰਨ ਲਾਂਗੇ। ਜੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਕਸਟਰਡ ਪਾਊਡਰ। ਲਓ ਜੀ, ਆਪਾਂ ਨੇ ਸਿਰਫ 1 ਚਮਚ ਘਿਓ ਦਾ ਪਾਉਣਾ ਇਹਦੇ ਵਿੱਚ, ਕਿਉਂਕਿ ਇਹਨਾਂ ਨੂੰ ਥੋੜ੍ਹਾ ਜਿਹਾ ਆਪਾਂ ਨੇ ਭੁੰਨਣਾ, ਅਤੇ ਇੱਦਾਂ ਹੀ ਥੋੜ੍ਹੇ ਜਿਹੇ ਕਾਜੂ ਵੀ ਭੁੰਨ ਲੈਣੇ ਨੇ ਜੀ। ਹੁਣ ਆਪਾਂ ਨੇ ਇਹਦੇ ਵਿੱਚ ਹੀ ਸੇਵੀਆਂ ਥੋੜ੍ਹੇ ਜਿਹੀਆਂ ਭੁੰਨ ਲੈਣੀਆਂ ਨੇ, ਕਿਉਂਕਿ ਪਹਿਲਾਂ ਹੀ ਰੋਸਟਡ ਸੇਵੀਆਂ ਨੇ, ਥੋੜ੍ਹਾ ਜਿਹਾ ਸੇਕ ਲਵਾ ਦਾਂਗੇ ਇਹਨਾਂ ਨੂੰ। ਜੇਕਰ ਤੁਹਾਡੀਆਂ ਰੋਸਟਡ ਨਹੀਂ ਹੈਗੀਆਂ ਸੇਵੀਆਂ, ਫਿਰ ਤੁਸੀਂ ਜੋ ਥੋੜ੍ਹਾ ਜ਼ਿਆਦਾ ਭੁੰਨ ਲਓ। ਹਾਂ, ਤਾਂ ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਰੈੱਡ ਜੀਆਂ ਕਰ ਲਓ ਉਹਨੂੰ। ਸਾਡੇ ਡੈਡੀ ਜ਼ਿਆਦਾਤਰ ਰੋਸਟਡ ਵਾਲੀਆਂ ਹੀ ਲੈ ਆਉਂਦੇ ਨੇ। ਅਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਐਡ ਕਰ ਲਾਂਗੇ, ਦੁੱਧ ਆਪਣਾ ਰਿੱਝ ਰਿਹਾ ਬਿਲਕੁਲ। ਅਤੇ ਹੁਣ ਤੇ ਹੁਣ ਕਿਉਂਕਿ ਸੇਵੀਆਂ ਨੂੰ ਰਿੱਝਣ ਲਈ ਥੋੜ੍ਹਾ ਟਾਈਮ ਲੱਗੂਗਾ, ਗੈਸ ਨੂੰ ਆਪਾਂ ਨੇ ਬਿਲਕੁਲ ਸਿਮ 'ਤੇ ਕਰ ਦੇਣਾ, ਕਿਉਂਕਿ ਕਸਟਰਡ ਵਾਲਾ ਦੁੱਧ ਆ ਅਤੇ ਨੀਚੇ ਲੱਗਣ ਦਾ ਵੀ ਰਹਿੰਦਾ। ਅਤੇ ਬਾਕੀ ਹੁਣ ਆਪਾਂ ਇਹਦੇ 'ਚ ਪਾ ਦਿੰਦੇ ਹਾਂ ਸੌਂਗੀ, ਅਤੇ ਹੁਣ ਇਹਨੂੰ ਥੋੜ੍ਹਾ ਜਿਹਾ ਇੱਕ ਸਾਈਡ ਤੋਂ ਲੰਗਾ ਰੱਖ ਲੈਂਦੇ ਹਾਂ, ਕਵਰ ਕਰਕੇ ਰੱਖ ਦਿੰਦੇ ਹਾਂ, ਅਤੇ ਸਿਮ 'ਤੇ ਇਹ ਬਿਲਕੁਲ ਵਧੀਆ ਬਣਨਗੀਆਂ। ਅਤੇ ਲਓ ਜੀ, ਸੇਵੀਆਂ ਆਪਣੀਆਂ ਗਈਆਂ ਬਣ। ਜਿਹੜੇ ਆਪਾਂ ਨੇ ਥੋੜ੍ਹੇ ਜਿਹੇ ਡਰਾਈ ਫਰੂਟ ਰੱਖੇ ਸੀਗੇ ਉਹਨਾਂ ਨੂੰ ਵੀ ਵਿੱਚ ਹੀ ਪਾ ਦਿੰਦੇ ਹਾਂ। ਵੀ ਸੇਵੀਆਂ ਬਹੁਤ ਸਵਾਦ ਬਣੀਆਂ, ਬਾਹਰ ਮੌਸਮ ਠੰਡਾ, ਬਰਸਾਤ ਹੋਈ ਅੱਜ ਆਪਣੇ ਸਾਰਾ ਦਿਨ ਕਿਨ ਮਿਲ। ਹਾਂ, ਕੀ ਪਾਇਆ ਨਹੀਂ ਵਿੱਚ ਇਹਦੇ ਛੁਹਾਰੇ, ਛੁਹਾਰੇ, ਕਾਜੂ, ਬਦਾਮ, ਦਾਖਾਂ, ਕਸਟਰਡ ਆ ਨਾ ਵਿੱਚ, ਕਸਟਰਡ। ਸੇਵੀਆਂ ਤਾਂ ਬਹੁਤ ਖਾਧੀਆਂ ਨੇ, ਪਰ ਛੁਹਾਰਾਂ ਲਈ ਸੇਵੀਆਂ ਖਾਧੀਆਂ ਨੇ ਤੁਸੀਂ ਕਦੇ? ਕਮੈਂਟ ਸੈਕਸ਼ਨ 'ਚ ਦੱਸਿਓ। ਘੈਂਟ ਬਣੀਆਂ ਨੇ ਪੂਰੀਆਂ, ਬਹੁਤ ਜ਼ਿਆਦਾ ਸਵਾਦ ਨੇ। ਅੱਜ ਮੇਰਾ ਕਾਫੀ ਜੀ ਕਰ ਰਿਹਾ ਸੀਗਾ ਮਿੱਠਾ ਖਾਣ ਦਾ, ਰੋਟੀ ਤੋਂ ਬਾਅਦ। ਮੈਂ ਵੀ ਗਿਆ ਰਸੋਈ 'ਚ, ਅੱਜ ਫਰੂਟ ਵੀ ਨਹੀਂ ਕੋਈ ਘਰੇ ਸੀ। ਡੈਡੀ ਉਹ ਵੀ ਪਏ ਨੇ ਗੁਲਾਬੀ, ਇਹ ਰੂਹਾਂ ਵਿਚਾਲੇ ਬਣਾਏ ਪਏ ਨੇ। ਕੀ ਸੀ ਅੰਮੀ, ਆਪਾਂ ਕੀ ਬਣਾਇਆ ਸੀ ਰੂਹਾਂ ਵਿਚਾਲੇ? ਬ੍ਰੈਡ ਰੋਲ। ਉਹਦਾ ਪੁੱਤ ਮੈਂ ਅੱਜ ਕੰਟੀਨ 'ਚੋਂ ਲਿਆ ਸੀਗਾ ਇੱਕ ਬੋਤਲ,
ਚੱਕਤੀ ਹੋਣੀ ਮੰਮੀ ਨੇ ਪੱਤੇ ਨਾ ਜੀ ਸਾਡੇ ਕੋਲ ਪਹਿਲੇ ਹੀ ਪਈਆਂ ਨੇ ਵੀ ਸੇਮੀਆਂ ਬਹੁਤ ਸਵਾਦ ਨੇ ਚਾਰ ਬੋਤਲਾਂ ਆਈਆਂ ਸੀ ਮੈਨੂੰ ਤੇ ਸੇਮੀਆਂ ਇੱਕ ਐਸੀ ਚੀਜ਼ ਆ ਵੀ ਕਿੰਨੇ ਤਰੀਕੇ ਨਾਲ ਬਣ ਜਾਂਦੀਆਂ ਦੁੱਧਾਂ ਸੁੱਕੀਆਂ ਲੰਬੀਆਂ ਛੋਟੀਆਂ ਉਹ ਹੱਥਾਂ ਵਾਲੀਆਂ ਵੱਟੀਆਂ ਹੋਈਆਂ ਨੂਣ ਵਾਲੀਆਂ ਬਣਾ ਜੇ ਸਿਆਲਾ ਨੂਣ ਵਾਲੀਆਂ ਸੇਮੀਆਂ ਕਿਹੋ ਜਿਹੀਆਂ ਹੋਣੀਆਂ ਆ ਜਿਵੇਂ ਨੂਣ ਅੱਛਾ ਜੇ ਸਿਆਲਾ ਜਿਹੜਾ ਜ਼ੁਕਾਮ ਹੋ ਜਾਣਾ ਉਹ ਸੇਮੀਆਂ ਚ ਵੱਧ ਪਾਣੀ ਪਾ ਕੇ ਦੇਸੀ ਘਿਓ ਪਾ ਕੇ ਕਹਿਣਾ ਪੀਲਾ ਵੀ ਠੀਕ ਹੋ ਜਾਏਗਾ ਹੋ ਵੀ ਜਾਂਦਾ ਵਾ ਹਾਂ ਦੇਸੀ ਇਲਾਜ ਆ ਕਮਲ ਭੂਆ ਦਾ ਇਹ ਦੇਸੀ ਇਲਾਜ ਮੈਂ ਨੂੰ ਵੀ ਉੱਥੇ ਦਿੱਤੀਆਂ ਸੀ ਇੱਕ ਵਾਰ ਮੈਂ ਬਿਮਾਰ ਹੋ ਗਈ ਸੀ ਬਣਾ ਕੇ ਦਿੱਤੀਆਂ ਬਸ ਪਰ ਪੀ ਕੇ ਉਹਨਾਂ ਨੂੰ ਫਿਰ ਤੁਸੀਂ ਕੱਪੜਾ ਲੈ ਕੇ ਪੈ ਜਾਓ ਪਸੀਨਾ ਆ ਗਿਆ ਤੇ ਤੁਸੀਂ ਠੀਕ ਹੋ ਜਾਓ ਇੱਕ ਹੋਰ ਬਾਬਾ ਵਾ ਇੰਸਟਾਗ੍ਰਾਮ ਤੇ ਅੱਜ ਕੱਲ ਨੂੰ ਬਹੁਤ ਦੇਸੀ ਇਲਾਜ ਦੱਸਦਾ ਕਾਫੀ ਉਹ ਯੰਗ ਜਨਰੇਸ਼ਨ ਨੂੰ ਨੌਲੇਜ ਦੇ ਰਿਹਾ ਮੇਰੇ ਮੂਹਰੇ ਦੀ ਇੱਕ ਵੀਡੀਓ ਆਈ ਸੀ ਮੁਸ਼ਾਹਰੇ ਘੈਂਟ ਲੱਗਦੇ ਆ ਪਹਿਲਾਂ ਮੈਂ ਇਹ ਸੋਚਿਆ ਮੈਂ ਖਾਧਾ ਮੈਂ ਕਿਹਾ ਖੰਜੂਰਾ ਪਾਈਆਂ ਨੇ ਮੈਂ ਕਿਹਾ ਖੰਜੂਰਾ ਵਾਲਾ ਸੀਜ਼ਨ ਜਿਹਾ ਤਾਂ ਹੈ ਜਿਵੇਂ ਖੰਜੂਰਾ ਉਹ ਪੌੜੀਆਂ ਤਾਂ ਖੰਜੂਰਾ ਹੀ ਹੁੰਦੀਆਂ ਨੇ ਤੇ ਫਿਰ ਸ਼ਹਾਰੇ ਅਸੀਂ ਉਹ ਕਰਕੇ ਆਲੂ ਹੋਏ ਕਰੀ ਕਰਕੇ ਧੋ ਲੈ ਚੰਗੀ ਤਰ੍ਹਾਂ ਆਲੂ ਹੋਏ ਸੇਮੀਆਂ ਹੋਈਆਂ ਜਿਹੇ ਜੀ ਮਰਜ਼ੀ ਵੈਰਾਈਟੀ ਪਾ ਦਿੰਦੇ ਰਵੀਆਂ ਦਾ ਫਿਨਿਸ਼ ਵੀ ਕਰਤੀਆਂ ਬੜੀਆਂ ਸਵਾਦ ਸੀ ਮੈਂ ਕਿਹਾ ਵੀ ਕਾਹਨੂੰ ਬੋਲਣਾ ਹੋ ਰਿਹਾ ਫੇਰ ਬੋਲਾਂਗੇ ਸਵਾਦ ਲਿਆ ਪੂਰਾ ਇਹਨੇ ਥੋੜੀ ਛੇਤੀ ਖਾ ਗਿਆ ਪਰ ਸਵਾਦ ਬਹੁਤ ਬਹੁਤ ਜ਼ਿਆਦਾ ਸਵਾਦ ਬਣੀਆਂ ਹੋਈਆਂ ਸੀ ਕਸਟਰਡ ਦਾ ਜਿਹੜਾ ਫਲੇਵਰ ਆ ਬੜਾ ਘੈਂਟ ਹੁੰਦਾ ਸੀ ਤਾਂ ਡਰਾਈ ਫਰੂਟ ਵੀ ਬੜਾ ਜ਼ਿਆਦਾ ਸਵਾਦ ਬਣਾ ਦਿੰਦੇ ਉਹ ਬਣਾਈਏ ਵੀ ਬਹੁਤ ਹੋਏ ਨੇ ਪੁੱਤ ਬਣਾਈਏ ਪਤਾ ਕੀ ਨੇ ਹਰਿਆਣੇ ਦੀ ਛੋਰੀ ਨੇ ਹਾਲ ਤਾਂ ਇੱਕ ਪੈਗ ਲਾਇਆ ਇਹ ਪੱਤ ਲੱਗਣ ਦਾ ਉਹਨੂੰ ਹੋਰ ਗੱਲਾਂ ਸੁਣਾਉਣੀਆਂ ਸੀ ਜਿਵੇਂ ਪਤਾ ਲੱਗਾ ਆ ਜਾਂਦਾ ਜਿਵੇਂ ਮਿੱਠੇ ਨਾਲ ਕਹਿੰਦੇ ਹੋਰ ਹੋ ਜਾਂਦਾ ਹੁੰਦਾ ਬੂਮ ਹੋ ਜਾਂਦਾ ਹੁੰਦਾ ਉਹ ਤਾਂ ਰਾਤ ਤੇਰੀ ਮੰਮੀ 11 ਵਜੇ ਲਾਈਟ ਆਫ ਕਰ ਦਿੱਤੀ ਮੈਂ ਤੈਨੂੰ ਕੀ ਹੋਇਆ ਕਹਿੰਦੇ ਪੰਜਾਬ ਵਾਲੇ बहुत ज्यादा स्वाद बनिया पूरिया सेमियां होंदिया भी खैर स्वाद ने मिठा ते दुध दा थोड़ा जिहा बैलेंस होवे कस्टर्ड पा के ड्राई फ्रूट पा के बहुत ज्यादा घैंट बन गया सी बेटा एक प्रॉब्लम आ गई कौलियां छूटियां हो गईयां ਹੋਰ ਕੋਲੀ ਬੜੀ ਚਾਹੀਦੀ ਸੀਗੀ ਉਹ ਤਾਂ ਐ ਪਰ ਫਿਰ ਜ਼ਿਆਦਾ ਹੀ ਮਿੱਠਾ ਹੋ ਜਾਂਦਾ ਵਾ ਫਿਰ ਜ਼ਿਆਦਾ ਮਿੱਠਾ ਖਾ ਕੇ ਕੋਈ ਨੂਣ ਵਾਲੀ ਚੀਜ਼ ਖਾਣ ਨੂੰ ਜੀ ਕਰਦਾ ਵਾ ਉਹ ਫਿਰ ਬੰਦਾ ਜ਼ਿਆਦਾ ਕਰ ਦਿੰਦਾ ਫਿਰ ਬੰਦਾ ਫਿਰ ਮਿੱਠੀ ਚੀਜ਼ ਖਾਣ ਨੂੰ ਜੀ ਕਰਦਾ ਸੋ ਆਪਾਂ ਇੱਥੇ ਹੀ ਇਹ ਸਿਲਸਿਲਾ ਬੰਦ ਕਰਦੇ ਹਾਂ ਤੇ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਤੁਸੀਂ ਬਣਾਉਣੀ ਹੁੰਦੇ ਹੋ ਸੇਮੀਆਂ ਥੋੜੀਆਂ ਐ ਬਣਾ ਕੇ ਦੇਖਿਓ ਤੁਹਾਨੂੰ ਘੈਂਟ ਲੱਗਣਗੀਆਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।